Amazon Prime ਉੱਪਰ ਵੈਬ ਸੀਰੀਜ਼ ਪਤਾ ਲੋਕ ਵਿੱਚ ਸਿੱਖ ਕਿਰਦਾਰ ਨੂੰ ਰੇਪ ਕਰਦਿਆਂ ਗਾਲਾਂ ਕੱਢਦਿਆਂ ਵਿਖਾਉਣ ਤੋਂ ਬਾਅਦ ਵੱਡੇ ਸਵਾਲ ਉੱਠੇ ਹਨ ਤਾਂ ਇਸ ਵੈਬ ਸੀਰੀਜ਼ ਦੀ ਪ੍ਰੋਡਿਊਸਰ ਅਨੁਸ਼ਕਾ ਸ਼ਰਮਾ ਨੂੰ ਵੀ ਲੋਕ ਖਰੀਆਂ-ਖਰੀਆਂ ਸੁਣਾ ਰਹੇ ਹਨ ਇਸ ਵੈਬ ਸੀਰੀਜ਼ ਵਿੱਚ ਜਿਸ ਤਰੀਕੇ ਨਾਲ ਪੂਰੀ ਸਿੱਖ ਕੌਮ ਨੂੰ ਜਰਾਮ ਪੇਸ਼ਾ ਕੌਮ ਵਜੋਂ ਦਰਸਾਉਣ ਲਈ ਸਿੱਖ ਕਿਰਦਾਰਾਂ ਨੂੰ ਜਿਸ ਤਰੀਕੇ ਨਾਲ ਵਰਤਿਆ ਗਿਆ ਉਸ ਨੂੰ ਲੈ ਕੇ ਡੀਐਸਜੀਐਮਸੀ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਵੈਬ ਸੀਰੀਜ਼ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਵੈਬ ਸੀਰੀਜ਼ ਧਾਰਮਿਕ ਦਵੇਸ਼ ਵਧਾਉਣ ਵਾਲੀ ਹੈ ਫਿਲਮ ਵਿੱਚ ਇੱਕ ਸਿੱਖ ਕਿਰਦਾਰ ਵੱਲੋਂ ਰੇਪ ਕਰਦਿਆਂ ਫੜਬਾਏ ਗਏ ਇੱਕ ਸੀਨ ਦਾ ਜ਼ਿਕਰ ਕਰਦਿਆਂ ਸਿਰਸਾ ਨੇ ਆਪਣੇ ਟਵੀਟ 'ਚ ਲਿਖਿਆ ਕਿ ਸਿੱਖ ਕੌਮ ਔਰਤ ਦੀ ਰੱਖਿਆ ਕਰਨ ਵਾਲੀ ਹੈ ਪੂਰੀ ਦੁਨੀਆ ਵਿੱਚ ਸਿੱਖ ਤੇ ਮਨੁਕਤਾ ਦੀ ਭਲੇਲੀ ਕੀਤੀ ਯਾਰ ਇੱਕ ਕੰਮਾਂ ਦੀ ਤਾਰੀਫ ਹੋ ਰਹੀ ਹੈ ਪਰ ਇਸ ਵੈਬ ਸੀਰੀਜ਼ ਵਿੱਚ ਸਿੱਖ ਕੌਮ ਦਾ ਕੀ ਅਕਸ ਉਬਾਰਿਆ ਜਾ ਰਿਹਾ ਹੈ ਉਹਨਾਂ ਨੇ ਸਿੱਧਾ ਅਨੁਸ਼ਕਾ ਸ਼ਰਮਾ ਨੂੰ ਟੈਗ ਕਰਦੇ ਹੋਏ ਸਵਾਲ ਪੁੱਛੇ ਹਨ ਕਿ ਸਿੱਖਾਂ ਨੂੰ ਰੇਪਿਸ ਦਰਸਾਉਂਦੀ ਇਸ ਵੈਬ ਸੀਰੀਜ਼ ਦੇ ਤੁਰੰਤ ਰੋਕ ਲਾਈ ਜਾਏ ਉਹਨਾਂ ਨੇ ਲਿਖਿਆ ਕਿ ਅਨੁਸ਼ਕਾ ਸ਼ਰਮਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮੈਂ ਪ੍ਰਕਾਸ਼ ਜਾਵੜੇਕਰ ਜੀ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਪਤਾ ਲੋਕ ਦੇ ਖਿਲਾਫ ਸਖਤ ਐਕਸ਼ਨ ਲੈਣ ਉਹਨਾਂ ਨੇ ਲੀਗਲ ਐਕਸ਼ਨ ਲੈਣ ਦੀ ਗੱਲ ਵੀ ਕਹੀ ਹੈ ਉਹਨਾਂ ਨੇ ਲਿਖਿਆ ਕਿ ਅਸੀਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਇਸ এজেন্ডੇ ਨੂੰ ਹਰਗੇਜ चाहिए पूरी दुनिया के अंदर सिख मानवता की सेवा करने के लिए जाने जाते हैं और खास तौर पर अगर किसी अबला के ऊपर किसी ने कोई वार किया तो सिख अपनी जान तक देने के लिए जाने जाते हैं लेकिन एक पताल लोग नाम का सीरियल जो चलाया जा रहा है जिसमें एक अमृतधारी सिख को एक दूसरे सिख को रेप करते दिखाया जा रहा है एक अमृतधारी सिख उसके पास खड़ा है इसकी कभी कल्पना भी नहीं की जा सकती कि, कि अमृतधारी सिख कोई अत्याचार होते देखता रहे खड़ा रहे ऐसी संभावना शून्य से भी कम है लेकिन ये ऑनलाइन चैनल जब से शुरू हुए हैं तब से बार बार ऐसे सिख रिलीजन या बाकी धर्मों के ऊपर भी बार बार हमले किए गए और उनको कटकरे में खड़ा करने की कोशिश की गई मैं माननीय प्रकाश जावेडकर जी से यह आग्रह करता हूं ऐसे ऑनलाइन चैनल्स के खिलाफ नेट चैनल्स के खिलाफ कार्रवाई की जाए और एमेजॉन प्राइम को तुरंत ये हम आग्रह करते हैं उनको चेतावनी भी देते हैं इसको तुरंत विड्रॉ किया जाए सिखों के अंदर बहुत रोष है और ये पूरी दुनिया के अंदर रोष है और अगर आपने इसको ऐसा करने से ना कहा तो हम कानूनी कार्रवाई भी दिल्ली सिख गुरुद्वारा मैनेजमेंट कमेटी तुरंत करेगी ਜ਼ਿਕਰ ਇਹ ਖਾਸ ਹੈ ਕਿ ਇਹ ਇਤਰਾਜ਼ ਇਸ ਵੈਬ ਸੀਰੀਜ਼ ਬਤਾਲ ਲੋਕ ਦੇ ਤੀਜੇ ਐਪੀਸੋਡ ਵਿੱਚ ਇੱਕ ਰੇਪ ਸੀਨ ਨੂੰ ਲੈ ਕੇ ਉੱਠੇ ਹਨ ਜਿਸ ਵਿੱਚ ਸਿੱਖ ਵਖਾਇਕ ਕਿਰਦਾਰ ਇੱਕ ਔਰਤ ਨਾਲ ਰੇਪ ਕਰਦਾ ਹੈ ਉਸ ਨੂੰ ਗੰਦੀਆਂ ਗਾਲਾਂ ਕੱਢਦੇ ਵਿਖਾਇਆ ਗਿਆ ਹੈ ਜਿਸ ਤੋਂ ਬਾਅਦ ਸਿੱਖ ਪਾਈਚਾਰੇ ਵੱਲੋਂ ਇਸ ਵੈਬ ਸੀਰੀਜ਼ ਨੂੰ ਤੁਰੰਤ ਬੈਨ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਗਲੋਬਲ ਡਵਾਈਸ ওভারਸੇਡ এডਿਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਿਆਂ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਆ।